ਖੜਾ ਲੈ ਲੈ ਪਈ ਖੜਾ ਯਾਰ ਉਹਨੇ ਮਾਰਿਆ ਬੜਾ ਭੈੜਾ ਉਹਨੇ ਮਾਰਿਆ ਬੜਾ ਭੈੜਾ ਉਹ ਜਿਹਨ ਦੀ ਭੈਣ ਦੇ ਦੋਸਤੋਂ ਆਇਆ ਥੱਲੇ ਇਹ ਨਾ ਉਹਦੇ ਕੋਲ ਖਲੋਤਾ ਸੀ ਉਹ ਜਾਨਵਰ ਰੱਖਿਆ ਅਗਲੇ ਸਾਲ ਵਾਸਤੇ ਵੀ ਐ ਵੀ ਇਹਦੀ ਨਸਲ ਦਾ ਉਹ ਦੂਸਰਾ ਜਾਨਵਰ ਉੱਥੇ ਚੜ੍ਹਨ ਦਿਆ ਉਹ ਇਸ ਤਰ੍ਹਾਂ ਘੁੰਮਿਆ ਨਾ ਅਤੇ ਇਹਦੇ ਨਾਲ ਹੀ ਸੀ ਉਹਨੇ ਇਹਨੂੰ ਇੱਥੋਂ ਇੱਥੋਂ ਹੀ ਪਾਇਆ ਅਤੇ ਇੱਥੋਂ ਹੀ ਇਹਨੂੰ ਚੁੱਕਿਆ ਗਿਆ ਇਸ ਲਈ ਕਿ ਖੜਾ ਰਹਿੰਦੇ ਪੂਰਾ ਬੰਦ ਸਟੇ ਹੋਏ ਲਗਾਉਣ ਅਸੀਂ ਘੱਟ ਕਰਨੇ ਆ ਤੇ ਬਾਕੀ ਦਾ ਫਿਰ ਹਾਂਜੀ ਜੋੜ ਵਿੱਚ ਫਿਕਸ ਕੀਤਾ ਹੈ ਜੋੜ ਤਾਂ ਬਿਲਕੁਲ ਗਰੀਬ ਕਹਿੰਦਾ ਜੋੜ ਤੇ ਚੜਾ ਨਹੀਂ ਨਾ ਦਿੰਦੇ ਤੇ ਫਿਰ ਇਹ ਆ ਕਿ ਜੋੜ ਕੱਚਾ ਪੈ ਗਿਆ ਤਾਂ ਜਲਦੀ ਮੌਕਾ ਆਖਰੀ ਇੱਥੇ ਨਾ ਕਾਮਯਾਬ ਹੋ ਸਕਿਆ ਤਾਂ ਫਿਰ ਗੁਲਸੋ ਗਿਆ ਟੈਂਸ਼ਨ ਦੇਣਾ ਬਾਈ ਹਾਂਜੀ ਅਸੀਂ ਇਸੇ ਵਜ੍ਹਾ ਤੋਂ ਨਾ ਜਿਹੜੇ ਹੈਗੇ ਸੀ ਨਾ ਅਸੀਂ ਖੱਸੀ ਚਲਾਤੇ ਅਤੇ ਯਾਰ ਇਹ ਤੰਗ ਕਰਦੇ ਨੇ ਪਰ ਉਹ ਅੱਛਾ ਵੀ ਸਾਡੇ ਦੀ ਕਿਸਮਤ 'ਚ ਲਿਖੀ ਸੀ ਹਾਂਜੀ ਚੁੱਕਰ ਯਾਰ ਹਾਲਤ ਅਸੀਂ ਦੁਪਹਿਰ ਨੂੰ ਨਾਨੀ ਠੀਕ ਤੋਂ ਛੋਟੀ ਤੋਂ ਤਿੰਨ ਦਿਨ ਪਹਿਲਾਂ ਰਾਤ ਭਾਈ ਉਹਨੇ ਫ੍ਰੀ ਨਮਾਜ਼ ਪੜ੍ਹੀ ਅਤੇ ਉਹ ਵੁਜੂ ਕਰਨ ਗਈ ਉਹਨੇ ਡਿੱਗੀ ਸੂਤਰਾ ਉਹਨੇ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਮੇਰੇ ਬੱਚੇ ਪਰੇਸ਼ਾਨ ਹੋਏ ਉਸਦੇ ਤਕਲੀਫ 'ਚ ਆਉਣ ਮੰਜੀ ਤਾਂ ਪਈ ਤੀਸਰੇ ਦਿਨ ਦੱਸਿਆ ਕਿ ਸੁੱਤੇ ਮੈਂ ਇਸ ਡਿੱਗੀ ਹੈ ਉਹਨਾਂ ਕਿਹਾ ਮਾਂ ਤੂੰ ਦੱਸ ਤਾਂ ਗਈ ਮੰਜੀ ਦੇ ਧੂੜ ਦਿਨ ਦੀ ਡਿੱਗੀ ਹੋਈ ਹੈ ਉੱਥੇ ਵੁਜੂ ਕਰਕੇ ਉੱਥੇ ਨਮਾਜ਼ ਪੜ੍ਹ ਲੈਂਦੀ ਹੈ
ڈاکٹر امرجیت نے اپنے ہاتھ نہ پریشن کیا، کہنا ماں جی تھی اپنے لو کے قدم سے نماز پڑھو، جیسے بھی بندہ نیکی نہ بھولو۔ انہیں کیا ماں جی تھی کھلو گے نماز پڑھو گے میرے واسطے دعا کر۔ یار میں مسلمان سب تو ظالم تھا، ایسے نے بچے نے چوکے لیا کے سڑکوں کے کنارے رکھ دے نے، چلو جی میں پہلے بھی دو پالے میں لے آئے، یار سونے لگتے ہی بڑے ہو گئے، اک میری بڑی پیاری لگی ہوئی، دس منٹ رکھنا ذرا پڑے ٹھیک ہے۔